ਸਤਸੰਗ ਨੀ ਦੋ ਘੜੀਆਂ ਸਤਸੰਗ ਨੀ ਕਰ ਲੈ ਨਾ ਕੇ ਕੇਸੀ ਕੁੰਡੇ ਸਰਬੱਤ ਸਾਹਿਬ ਸੰਗਤ ਜੀ ਅੱਜ 16 ਜੂਨ ਦਿਨ ਸ਼ਨੀਵਾਰ ਗੁਰਦੁਆਰਾ ਸੰਤ ਆਸ਼ਰਮ ਤੱਕੀ ਸਾਹਿਬ ਪਿੰਡ ਖਾਸੀ ਕਲਾਂ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਦੇ ਵਿੱਚ ਇਸ ਪਵਿੱਤਰ ਸਥਾਨ ਦੇ ਬਾਣੀ ਮਹਾਂਪੁਰਸ਼ ਸੰਤ ਸਾਖਣ ਵਾਲੇ ਸੰਤ ਪਸਤਾਨਾ ਜੀ ਮਹਾਰਾਜ ਉਹਨਾਂ ਦੀ ਚਲਾਈ ਹੋਈ ਮਰਜ਼ਾਦਾ ਪਰਮ ਪਵਿੱਤਰ ਮਰਜ਼ਾਦਾ ਉਹ ਆਪਣੇ ਟਾਈਮ ਦੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਮਨਾਉਂਦੇ ਸੀ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਦਾ ਹੋਇਆ ਸੰਤ ਸੇਵ ਜਥਾ ਹਰ ਇਲਾਕੇ ਦੀਆਂ ਸੰਗਤਾਂ ਅਤੇ ਬਹੁਤ ਸਹਿਯੋਗ ਦੇ ਰਹੀਆਂ ਨੇ ਅੱਜ ਵੀ ਬੜੇ ਪਿਆਰ ਅਤੇ ਸਿੱਖਤਾ ਸ਼ਰਧਾ ਭਾਵਾਂ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਮਨਾਇਆ ਗਿਆ ਅੱਜ ਅਤੇ ਅੰਮ੍ਰਿਤ ਵੇਲੇ ਤਕਰੀਬਨ ਦੀਵਾਨ ਸਾਜ ਰਹੇ ਨੇ ਗੁਰੂ ਘਰ ਅੰਦਰ ਘੁੱਟ ਵਰਤ ਰਹੇ ਨੇ ਇਸ ਸਥਾਨ ਦੇ ਉੱਪਰ ਸਾਲ ਵਿੱਚ 3 ਸਮਾਗਮ ਕੀਤੇ ਜਾਂਦੇ ਨੇ 10 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਦਿਹਾੜਾ ਮਨਾਈਦਾ ਅਤੇ 16 ਜੂਨ ਪੱਕਾ ਹੀ ਅਸੀਂ 5ਵੇਂ ਪਾਤਸ਼ਾਹ ਸ਼ਹੀਦੀ ਗੁਰਪੁਰਬ ਮਨਾਈਦਾ ਜੀ ਅਤੇ 31 ਅਗਸਤ ਨੂੰ ਵੱਡੇ ਸੰਤ ਮਹਾਰਾਜ ਜਿਨ੍ਹਾਂ ਦਾ ਇਹ ਜਿਨ੍ਹਾਂ ਦੇ ਨਾਂ 'ਤੇ ਡੇਰਾ ਬਣਿਆ ਉਹਨਾਂ ਦੇ ਨਾਂ ਉਹਨਾਂ ਦੀ ਬਰਸੀ ਮਨਾਈ ਦੀ ਹੈ ਸੰਗਤਾਂ ਬਹੁਤ ਜ਼ਿਆਦਾ ਸਹਿਯੋਗ ਦਿੰਦੀਆਂ ਨੇ ਸਾਨੂੰ ਬੜਾ ਮਾਣ ਆ ਵੀ ਸਹਿਯੋਗ ਦਿੰਦੀਆਂ ਰਹਿਣਗੀਆਂ ਅਤੇ ਦੇ ਰਹੀਆਂ ਨੇ ਅਸੀਂ ਬੜੀ ਆਸ ਕਰਦੇ ਮੇਰੇ ਨਾਲ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਸੁਰਿੰਦਰ ਸਿੰਘ ਅਟਵਾਲ ਚਾਰਾ ਮੰਡੀ ਦੇ ਪ੍ਰਧਾਨ ਅਤੇ ਉਹ ਮੇਰੇ ਨਾਲ ਖੜੇ ਨੇ ਅਤੇ ਇੱਧਰੋਂ ਸਰਦਾਰ ਸੁਖਵਿੰਦਰ ਸਿੰਘ ਜੀ ਝੱਜ ਸਾਡੇ ਇਲਾਕੇ ਸਾਹਮਣੇ ਬੜਾ ਪਿਆਰ ਸਤਿਕਾਰ ਉਹਨਾਂ ਨਾਲ ਬਣਿਆ ਹੋਇਆ ਅਤੇ ਇਹ ਬਹੁਤ ਸਹਿਯੋਗ ਦਿੰਦੇ ਆ ਸਥਾਨ ਨੂੰ ਅਤੇ ਦੇ ਵੀ ਰਹੇ ਨੇ ਅਤੇ ਮੈਂ ਇਹਨਾਂ ਦਾ ਵੀ ਕਹਿ ਦਿਲੋਂ ਅਤੇ ਜਿਨ੍ਹਾਂ ਨੇ ਚੈਨਲ ਮੇਰੀ ਹਿੱਸੇ ਵੀ ਲੈ ਰਹੇ ਨੇ ਇਹਨਾਂ ਦੇ ਸਾਰਿਆਂ ਦਾ ਮੈਂ ਜਦੋਂ ਇਹ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਰੇ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਇਸ ਸਮਾਗਮ ਵਿੱਚ ਹਿੱਸਾ ਪਾਇਆ।